ਹਾਂਜੀ ਸਤਿ ਸ਼੍ਰੀਕਾਲ ਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਨਿਕਲੀਆਂ ਨੇ 10000 ਭਰਤੀਆਂ ਨੇ ਤੇ ਕਈ ਸਟੂਡੈਂਟ ਇਸ ਨੂੰ ਲੈ ਕੇ ਚਿੰਤਤ ਨੇ ਕਿ ਜੋ ਪੁਰਾਣੀਆਂ ਭਰਤੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਪੇਪਰ ਹੋਣੇ ਵੀ ਬਾਕੀ ਨੇ ਤੇ ਪੰਜਾਬ ਪੁਲਿਸ ਕਾਂਸਟੇਬਲ ਦਾ ਜੋ ਜੁਆਇਨਿੰਗ ਲੈਟਰ ਮਿਲਨੇ ਰਹਿੰਦੇ ਨੇ ਉਹ ਜੁਆਇਨਿੰਗ ਲੈਟਰ ਕਦੋਂ ਮਿਲਣਗੇ ਕਿ ਜਿਹੜੀਆਂ ਨਵੀਆਂ ਭਰਤੀਆਂ ਆਉਣਗੀਆਂ ਉਸ ਦੇ ਨਾਲ ਜੋ ਪੁਰਾਣੀਆਂ ਭਰਤੀਆਂ ਨੇ ਉਹ ਪੂਰੀਆਂ ਹੋਣਗੀਆਂ ਜਾਂ ਨਹੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਡਿਟੇਲ ਨਾਲ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀਆਂ ਪੁਰਾਣੀਆਂ ਭਰਤੀਆਂ ਨੇ ਉਹ ਸਾਰੀਆਂ ਭਰਤੀਆਂ ਪੂਰੀਆਂ ਹੋਣਗੀਆਂ ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਓ ਬਾਕੀ ਜੋ ਕਈ ਬੱਚੇ ਨੇ ਉਹ 24 ਮਾਰਚ ਨੂੰ ਸੀਐਮ ਸਾਹਿਬ ਦੀ ਕੋਠੀ ਅੱਗੇ ਚੰਡੀਗੜ੍ਹ ਵਿਖੇ ਪਹੁੰਚ ਰਹੇ ਨੇ ਜੇ ਤੁਸੀਂ ਵੀ ਉੱਥੇ ਜਾਣਾ ਚਾਹੁੰਦੇ ਹੋ ਜੁਆਇਨਿੰਗ ਲੈਟਰ ਦੇ ਜੋ ਪੰਜਾਬ ਪੁਲਿਸ ਦਾ ਕਾਂਸਟੇਬਲ ਦਾ ਜੋ ਜੁਆਇਨਿੰਗ ਲੈਟਰ ਹੈ ਉਸ ਦੇ ਸਬੰਧ ਵਿੱਚ ਉਹ ਪਹੁੰਚ ਰਹੇ ਨੇ ਬਾਕੀ ਜੇ ਤੁਸੀਂ ਵੀ ਉੱਥੇ ਪਹੁੰਚਣਾ ਚਾਹੁੰਦੇ ਹੋ ਤਾਂ ਤੁਸੀਂ 24 ਮਾਰਚ ਨੂੰ 10 ਵਜੇ ਉੱਥੇ ਸਵੇਰੇ ਪਹੁੰਚ ਜਾਓ ਬਾਕੀ ਜੋ ਤੁਹਾਡੇ ਰਹਿੰਦੇ ਨੇ ਜੁਆਇਨਿੰਗ ਲੈਟਰ ਉਹ ਤੁਹਾਡੇ ਅਗਲੇ ਮਹੀਨੇ ਜਾਂ ਅਪ੍ਰੈਲ ਦੇ ਵਿੱਚ ਆ ਸਕਦੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਨਵੀਂ-ਨਵੀਂ ਸਰਕਾਰ ਬਣੀ ਨੂੰ 5-7 ਦਿਨ ਹੋਏ ਨੇ ਥੋੜਾ ਜਿਹਾ ਟਾਈਮ ਤਾਂ ਲੱਗ ਹੀ ਸਕਦਾ ਹੈ ਤਾਂ ਤੁਸੀਂ ਹੌਸਲਾ ਰੱਖੋ ਬਾਕੀ ਜੋ ਪੁਰਾਣੀਆਂ ਭਰਤੀਆਂ ਨੇ ਉਹ ਪੂਰੀਆਂ ਹੋ ਜਾਣਗੀਆਂ ਤੇ ਜਿਹੜੀਆਂ ਨਵੀਆਂ ਭਰਤੀਆਂ ਦੇ ਜੋ ਨੋਟੀਫਿਕੇਸ਼ਨ ਆਊਟ ਹੋਣਾ ਹੈ ਉਹ ਵੀ 1-2 ਮਹੀਨੇ ਦੇ ਵਿੱਚ ਵਿੱਚ ਜੋ ਉਸ ਦਾ ਨੋਟੀਫਿਕੇਸ਼ਨ ਆ ਉਹ ਵੀ ਆਊਟ ਹੋ ਜਾਊਗਾ ਤੁਸੀਂ ਬਾਕੀ ਜਿਹੜੇ ਬੱਚੇ ਪਿਛਲੀ ਭਰਤੀ ਦੇ ਵਿੱਚ ਰਹਿ ਗਏ ਸੀ ਬਹੁਤ ਘੱਟ ਨੰਬਰਾਂ ਨਾਲ ਰਹਿ ਗਏ ਸੀ ਉਹ ਤਿਆਰੀ ਕਰ ਲਓ ਆਪਣੀ ਚੰਗੀ ਤਰੀਕੇ ਨਾਲ ਕਿਉਂਕਿ ਇਸ ਵਾਰ ਫਿਰ ਕੰਪੀਟੀਸ਼ਨ ਬਹੁਤ ਟਫ ਹੋਵੇਗਾ ਕਿਉਂਕਿ ਪੁਰਾਣੇ ਬੱਚੇ ਜੋ ਪਿਛਲੀ ਵਾਰ ਹੀ ਰਹਿ ਗਏ ਸੀ ਉਹਨਾਂ ਦੀ ਤਿਆਰੀ ਵੀ ਬਹੁਤ ਵਧੀਆ ਹੋਊ ਬਾਕੀ ਇਸ ਵਾਰੀ ਕੁਝ ਨਿਊ ਬੱਚੇ ਵੀ ਹੋਣਗੇ ਤਾਂ ਕਰਕੇ ਤੁਸੀਂ ਆਪਣੀ ਤਿਆਰੀ ਚੰਗੀ ਤਰੀਕੇ ਨਾਲ ਕਰਕੇ ਰੱਖੋ ਫਿਜ਼ੀਕਲ ਆਪਣਾ ਵਧੀਆ ਤਰੀਕੇ ਨਾਲ ਕਰਕੇ ਰੱਖੋ ਪਿਛਲੀ ਵਾਰੀ ਜੋ ਫਿਜ਼ੀਕਲ ਹੋਇਆ ਸੀ ਉਸ ਦੇ ਵਿੱਚ ਬਹੁਤ ਸਾਰੇ ਬੱਚੇ ਇਹ ਜਿਹੇ ਨੇ ਜਿਹੜੇ ਬਾਹਰ ਹੋ ਗਏ ਸੀ ਇਸ ਕਰਕੇ ਫਿਜ਼ੀਕਲ ਦੀ ਤਿਆਰੀ ਰੱਖੋ ਬਾਕੀ ਜਦੋਂ ਵੀ ਸਾਡੇ ਕੋਲ ਕੋਈ ਅਪਡੇਟ ਆਉਂਦਾ ਹੈ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਅਸੀਂ ਨਾਲ ਦੀ ਨਾਲੇ ਤੁਹਾਨੂੰ ਵੀਡੀਓ ਬਣਾ ਕੇ ਅਪਡੇਟ ਕਰ ਦਾਂਗੇ ਤੁਹਾਨੂੰ ਠੀਕ ਹੈ ਜੀ ਜੇ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਜਾਂ ਪਹਿਲੀ ਵਾਰੀ ਸਾਡੇ ਚੈਨਲ ਨੂੰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਕੋਈ ਵੀ ਛੋਟੀ ਮੋਟੀ ਜੋ ਵੀ ਭਰਤੀ ਪੰਜਾਬ ਦੇ ਵਿੱਚ ਨਿਕਲਦੀ ਆ ਅਸੀਂ ਉਸ ਦਾ ਅਪਡੇਟ ਵੀ ਇਸ ਚੈਨਲ ਦੇ ਉੱਤੇ ਅਪਲੋਡ ਕਰ ਦਿੰਨੇ ਆ ਠੀਕ ਹੈ ਜੀ ਬਾਕੀ ਇਹ ਜੇ ਕੁਝ ਪੁੱਛਣਾ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਬਾਕੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ